ਸਸਿਕਾ ਮੇਰੇ ਸਾਰੇ ਦੋਸਤੋ ਅ ਅੱਜ ਮੈਂ ਤਾਂ ਲੈ ਕੇ ਆਇਆਗਾ ਨੈਸ਼ਨਲ ਹੈਲਥ ਮਿਸ਼ਨ ਠੀਕ ਹੈ ਉਹਦੇ ਵਿੱਚ ਵਕੈਂਸੀਆਂ ਨਿਕਲ ਗਈਆਂ ਜੀ ਤੇ ਜਿਹੜੇ ਜਿਹੜੇ ਇਹ ਪਕੇਜ ਨੂੰ ਭਰਨ ਦੇ ਵਾਸਤੇ ਕੁਆਲੀਫਾਈ ਨੇ ਉਹ ਸਮਝੋ ਕਿਹੜੀ ਕੀ ਕੀ ਵਕੈਂਸੀਆਂ ਕੀ ਕੀ ਚ ਪੁੱਛਿਆ ਗਿਆਗਾ ਸਾਰਾ ਕੁਝ ਠੀਕ ਹੈ ਤੇ ਉਵੇਂ ਜਿਵੇਂ ਤੁਸੀਂ ਭਰਨ ਦੀ ਕੋਸ਼ਿਸ਼ ਕਰਿਓ ਦੇਖੋ ਜੀ ਇਹ ਆਈਆਂ ਗਈਆਂ ਕਮਿਊਨਿਟੀ ਹੈਲਥ ਆਫਿਸਰ ਦੀਆਂ ਵਕੈਂਸੀਆਂ ਬੱਚੋ ਕਮਿਊਨਿਟੀ ਹੈਲਥ ਆਫਿਸਰ ਦੀਆਂ ਵੈਕੈਂਸੀਆਂ 320 ਵੈਕੈਂਸੀਆਂ ਬੱਚਿਓ ਇਹ ਇਹਦੇ ਵਿੱਚ ਇਹਨਾਂ ਨੇ ਕੀ ਕੁਝ ਮੰਗਿਆ ਦੇਖੋ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਪੋਸਟ ਬੇਸਿਕ ਬੀਐਸਸੀ ਨਰਸਿੰਗ ਵਿਦ ਇੰਟੀਗ੍ਰੇਟਿਡ ਬ੍ਰਿਜ ਪ੍ਰੋਗਰਾਮ অর ਸਰਟੀਫਿਕੇਟ ਆਫ ਕਮਿਊਨਿਟੀ ਹੈਲਥ ਕੋਰਸ ਇਨ ਸਰਕੂਲਮ ਫੋਰ ਰੈਕਗਨਾਈਜ਼ਡ ਇੰਸਟੀਟਿਊਟ ਜਾਂ ਜੁੜੀ ਯੂਨੀਵਰਸਿਟੀ ਠੀਕ ਹੈ ਜੀ ਜਾਂ ਤੁਹਾਡੇ ਕੋਲ ਬੀਐਸਸੀ ਨਰਸਿੰਗ ਹੋਵੇ ਪੋਸਟ ਬੇਸਿਕ ਬੀਐਸਸੀ ਨਰਸਿੰਗ ਰਿਕਾਰਡ 6 ਮਹੀਨੇ ਦਾ ਕੋਰਸ ਵੀ ਹੋਣਾ ਚਾਹੀਦਾ ਤੁਹਾਡੇ ਕੋਲ ਕਮਿਊਨਿਟੀ ਹੈਲਥ ਦਾ ਓਕੇ ਜੀ ਜੇ ਤੁਹਾਡੇ ਕੋਲੇ ਏ ਵੀ ਹੈ ਨਹੀਂ ਠੀਕ ਹੈ ਤਾਂ ਤੁਹਾਡਾ ਆ ਵੀ ਚੱਲ ਜੂਗਾ ਆਯੋਵੈਦਿਕ ਪ੍ਰੈਕਟੀਸ਼ਨਰ 4 ਰੈਕਗਨਾਈਜ਼ ਯੂਨੀਵਰਸਿਟੀ ਆ ਉਹ ਸਟੈਚੂਰੀ ਸਟੇਟ ਬੋਰਡ ਸਟੇਟ ਬੋਰਡ ਹੋਣ ਤੋਂ ਬਣੀ ਹੋਣੀ ਚਾਹੀਦੀ ਹੈ ਬੱਚੋ ਠੀਕ ਹੈ ਤੇ ਆਯੋਵੈਦਿਕ ਡਿਗਰੀ ਹੋਣੀ ਚਾਹੀਦੀ ਹੈ ਇਹ ਨਾਲ ਵੀ ਤੁਹਾਨੂੰ 6 ਮਹੀਨਿਆਂ ਦਾ ਕੋਰਸ ਨਾਲ ਹੈਲਥ ਦਾ ਹੋਣੀ ਹੋਣਾ ਚਾਹੀਦਾ ਤੇ 10ਵੀਂ ਦੇ ਵਿੱਚ ਭਾਈ ਤੁਸੀਂ ਪੰਜਾਬੀ ਪੱਕੀ ਲਾਜ਼ਮੀ ਕੀਤੀ ਹੋਣੀ ਚਾਹੀਦੀ ਹੈ ਓਕੇ ਜੀ ਸੈਲਰੀ ਜਿਹੜੀ ਹੈਗੀ ਉਹ 20000 ਤੋਂ 15000 ਦੇ ਵਿੱਚ ਵਿੱਚ ਓਕੇ ਜੀ ਨੋਟ ਇਰੇ ਬੀਐਸਸੀ ਨਰਸਿੰਗ ਪੋਸਟ ਬੇਸਿਸ ਬੀਐਸਸੀ ਐਗਰੀਕਲਚਰ ਬੀਐਸਸੀ ਨਰਸਿੰਗ ਕੈਂਡੀਡੇਟ ਵੀ ਹੈ ਪਾਸਰ ਆਊਟ ਆਫ ਦਾ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਆਫ ਸਾਇੰਸ ਠੀਕ ਹੈ ਬੈਚ ਨੰਬਰ 1920 ਅਰ ਐਜਿਜੀਬਲ ਜਿਨ੍ਹਾਂ ਨੇ 2019-20 ਦੇ ਵਿੱਚ ਵੀ ਬੈਚ ਪਾਸ ਕੀਤਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚੋਂ ਤਾਂ ਉਹ ਵੀ ਨੂੰ ਅਪਲਾਈ ਕਰ ਸਕਦੇ ਹਨ ਠੀਕ ਹੈ ਤੇ ਦੇਖੋ ਇਹ ਵੈਕੈਂਸੀਆਂ ਬੱਚਿਓ ਧਿਆਨ ਨਾਲ ਦੇਖ ਲਿਓ ਠੀਕ ਹੈ ਇਹ ਵੈਕੈਂਸੀਆਂ ਦੇ ਵਿੱਚ ਅ ਬੈਕਵਰਡ ਕਲਾਸ 19 ਫੀਮੇਲ ਦੀਆਂ 13 ਬੈਕਵਰਡ ਕਲਾਸ 6 ਐਕਸ ਸਰਵਿਸਮੈਨ 10 ਐਕਸ ਸਰਵਿਸਮੈਨ ਫੀਮੇਲ 13 ਫਰੀडम फाइਟਰ ਪੰਜਾਬ 2 ਫੀਮੇਲ ਦੀਆਂ 1 ਤੇ ਜਰਨਲ ਦੀਆਂ 90 ਤੇ ਜਰਨਲ ਫੀਮੇਲ ਦੀਆਂ ਬੱਚੇ ਹੈਗੇ ਇਹਦੇ ਵਿੱਚ 35 ਵੈਕੈਂਸੀਆਂ ਇਸ ਤੋਂ ਬਾਅਦ ਇਕਨੋਮਿਕਲ ਸੈਕਸ਼ਨ ਵੀ ਕਰਨ ਜਿਹਦੇ ਵਿੱਚ ਮਤਲਬ ਆਪਾਂ ای ਡਬਲਯੂ ਐਸ ਵਾਲੇ ਆ ਜਾਂਦੇ ਆ ਇਹਦੀਆਂ 10 ਆ ਤੁਸੀਂ ਬੱਚੇ ਸਾਰੀਆਂ ਦੇਖ ਲਿਓ ਠੀਕ ਹੈ ਏ ਹੁਣ ਮੇਰੀ ਸਮਝਾਉਣਾ ਵੀਡੀਓ ਬੜੀ ਲੰਬੀ ਬਗਜੂਗੀ ਤੇ ਆਪਗੇ ਸਿੰਗਾ ਬਈ ਸਾਰੀਆਂ ਤੇ ਏਜ ਲਿਮਟ ਬੱਚੋ ਦੇਖ ਲਓ ਇਹਦੀ ਏਜ ਲਿਮਟ ਦੇਖ ਲਓ ਏਜ ਲਿਮਟ ਕਿੰਨੀ ਹੋਣੀ ਚਾਹੀਦੀ ਹੈ 18 ਤੋਂ 37 ਸਾਲ 1 ਜਨਵਰੀ 2021 ਤੋਂ ਚੱਕਣਗੇ ਬੱਚੋ ਇਹ ਠੀਕ ਹੈ ਤੇ ਆਹ ਪੋਸਟ ਫੀਸ ਦੇਖ ਲਓ ਜਨਰਲ ਅਤੇ ਆਊਟਰ ਕੈਟਾਗਰੀ ਵਾਸਤੇ 1000 ਰੁਪਏ ਪਲੱਸ 18 ਰੁਪਏ ਜੀਐਸਟੀ ਲਾ ਕੇ 1180 ओके ਤੇ ਐਸਸੀ ਦੇ 518% ਜੀਐਸਟੀ ਲਾ ਕੇ 590 ਮੈਥਡ ਕੀ ਹੋਊਗਾ ਰਿਕਾਇਰਮੈਂਟ ਦਾ 100 ਨੰਬਰ ਦਾ ਪੇਪਰ ਹੋਊਗਾ ਬੱਚਿਓ ਠੀਕ ਹੈ ਤੇ ਪੇਪਰ ਦੇ ਹਿਸਾਬ ਤੇ ਹੀ ਮੈਥ ਦੇ ਵਿੱਚੋਂ ਸਿਲੈਕਸ਼ਨ ਤੁਹਾਡੀ ਹੋਊਗੀ ਠੀਕ ਹੈ ਤੇ ਘੱਟੋਂ ਘੱਟ ਪਈ ਸਾਨੂੰ ਦੇਖੋ ਮਿਨੀਮਮ ਪਾਸਿੰਗ ਮਾਰਕਸ 35% ਆਲ ਕੈਟਾਗਰੀ ਵਾਸਤੇ ਠੀਕ ਹੈ ਸਾਰੇ ਗੱਟਿਆਂ ਵਾਸਤੇ ਘੱਟੋ ਘੱਟ 35 ਨੰਬਰ ਤਾਂ ਲੈਣੀ ਲੈਣਿਆ ਸਭ ਦੇ ਵਿੱਚੋਂ ਫਿਰ ਜਾ ਕੇ ਕਿ ਤੁਸੀਂ ਮੈਥ ਦੇ ਵਿੱਚ ਆਉਂਗੇ ਵਾਧੂ ਵਾਧੂ ਜਿੰਨੇ ਮਰਜ਼ੀ ਲੈ ਜਾਓ ਪਰ ਘੱਟੋਂ ਇਦੋਂ ਨਹੀਂ ਘਟਨੇ ਚਾਹੀਦੇ ਠੀਕ ਹੈ 1.5 ਟਾਈਮ ਨੰਬਰ ਆਫ ਕੈਂਡੀਡੇਟ ਐਕਚੁਅਲ ਵੈਕੈਂਸੀ ਈਚ ਕੈਟਾਗਰੀ ਸ਼ੈਲ ਬੀ ਕਾਲਡ ਤੇ ਡੇਢ ਗੁਣਾ ਜ਼ਿਆਦਾ ਮਤਲਬ ਜਿਵੇਂ ਇਹ ਜਿੰਨੀਆਂ ਵੈਕੈਂਸੀਆਂ ਹੈ ਡੇਢ ਗੁਣਾ ਜ਼ਿਆਦਾ ਬੱਚਿਆਂ ਨੂੰ ਸੱਦਿਆ ਜਾਊਗਾ ਠੀਕ ਹੈ ਸਲਿਪਸ ਕੀ ਹੈ ਬੱਚਿਓ ਸਲਿਪਸ ਦੇਖ ਲਓ ਬੀਏਸੀ ਨਰਸਿੰਗ ਪੋਸਟ ਬੇਸਿਕ ਨਰਸਿੰਗ ਬੀਏਵੀ ਬੀਐਮਐਸ ਇੰਟੀਗਰੇਟਡ ਸਰਟੀਫਿਕੇਟ ਇਨ ਕਮਿਊਨਿਟੀ ਹੈਲਥ ਕੋਰਸ ਠੀਕ ਹੈ ਟਰਮਿੰਟ ਕੰਡੀਸ਼ਨ ਆ ਤੁਹਾਨੂੰ ਦਿੱਤਾ ਵਾ ਸਭ ਕੁਝ ਇਹ ਤੁਸੀਂ ਆਪ ਦੇ ਆਪ ਦੇਖ ਲਓ ਕਿ 1 ਸਾਲ ਦੇ ਵਿੱਚ ਕੰਟਰੈਕਟਡ ਹੋਊਗਾ ਆਪਣਾ ਠੀਕ ਹੈ ਇਸ ਤੋਂ ਬਾਅਦ ਨੌਕਰੀ ਦਾ ਪੱਕੀ ਹੈ ਤੁਹਾਨੂੰ ਪਤਾ ਹੀ ਹੈਗਾ 10 ਦੇ ਵਿੱਚ ਪੰਜਾਬੀ ਹੋਣੀ ਚਾਹੀਦੀ ਹੈ ਸਾਢੇ ਛੇ ਤੋਂ ਸਰਟੀਫਿਕੇਟ ਹੋਣੀ ਚਾਹੀਦੀ ਐਕਸ ਸਰਵਿਸਮੈਨ ਦੇ ਤੇ ਕੋਈ ਵੀ ਜਿਹੜੀ ਵੈਕੈਂਸੀ ਜਿਹੜੀ ਹੈਗੀ ਜੀ ਸਾਰੇ ਸਰਟੀਫਿਕੇਟ ਤੁਹਾਡੇ ਕੋਲੇ ਹੋਣੇ ਚਾਹੀਦੇ ਆ ਠੀਕ ਹੈ ਤੇ ਜੇ ਕੋਈ ਕੰਪਨੀ ਚੀਜ਼ ਹੈ ਨਹੀਂ ਬਾਕੀ ਤੁਹਾਨੂੰ ਫੀਸ 10% ਫੀਸ ਦੱਸਤੀ ਕੁਆਲੀਫਿਕੇਸ਼ਨ ਦੱਸਤੀ ਕੁਆਲੀਫਿਕੇਸ਼ਨ ਦੱਸਤੀ ਚਾਹ ਦੇਖੋ 12 6 ਤੋਂ ਫਾਰਮ ਸ਼ੁਰੂ ਹੋਏ ਨੇ ਤੇ ਲਾਸਟ ਡੇਟ ਬੱਚੋਂ ਹੈਗੀ 25 6 ਤੇ ਰਿਟਰਨ ਟੈਸਟ ਹੋਣਾ 4 ਤਰੀਕ 7ਵਾਂ ਮਹੀਨਾ 2021 ओके okay, जी एक्चुअली ਡੇਟ ਹੀ ਦੇ ਚੁੱਕੇ ਆ ਤੇ ਪੇਪਰ ਇਹ ਹੋਣ ਦੇ ਜਲਦੀ ਜਲਦੀ ਸਭਾਵਨਾ ਚਾਤਰੀ ਨੂੰ ਪੇਪਰ ਹੋਣ ਦੇ ਫੁੱਲ ਚਾਂਸ ਨੇ ਤਾਂ ਕਰਕੇ ਜਿਹੜੇ ਬੱਚੇ ਪਹਿਲਾਂ ਤੋਂ ਤਿਆਰੀ ਕਰ ਰਹੇ ਬਹੁਤ ਵਧੀਆ ਗੱਲ ਹੈ ਜਿਹੜੇ ਹੁਣ ਤੋਂ ਤਿਆਰੀ ਕਰ ਰਹੇ ਨੇ ਉਹ ਆਦੇ ਸਲੇਵਸ ਭਾਈ ਜਿਹੜਾ ਤੁਹਾਡਾ ਹੈਗਾ ਉਹਦੇ ਵਿੱਚੋਂ ਤਿਆਰੀ ਕਰੋ ਤੁਹਾਨੂੰ ਪਤਾ ਹੋਊਗਾ ਇਹਦੇ ਬਾਰੇ ਕਿ ਕਿੱਥੋਂ ਪੇਪਰ ਆਉਂਦਾ ਕਿੱਥੋਂ ਨਹੀਂ ਆਉਂਦਾ ਠੀਕ ਹੈ ਜੀ ਤੇ ਧੰਨਵਾਦ ਮੇਰੇ ਦੋਸਤੋ ਜਉਂਦੇ ਬਾਅਦ ਦੇ ਰਹੋ ਬਸ ਇਹੀ ਦੱਸਣਾ ਸੀ